ਹੈਲੋ ਸਾਰਿਆਂ ਨੂੰ ਜੈ ਮਸੀਹ ਦੀ ਸਿਸਟਰ ਪਾਸਟਰ ਜਤਿੰਦਰ ਤੁਹਾਨੂੰ ਵੀ ਜੈ ਮਸੀਹ ਦੀ ਸਿਸਟਰ ਰੋਜੀ ਤੁਹਾਨੂੰ ਜੈ ਮਸੀਹ ਦੀ ਕਹਿੰਦੇ ਆ ਮੇਰਾ ਨਾਮ ਬਲਜਿੰਦਰ ਆ ਤੇ ਮੈਂ ਕੈਨੇਡਾ ਤੋਂ ਫੋਨ ਕਰਦੀ ਆ ਫਰਮ ਸਰੀ ਤੋਂ ਤੇ ਮੈਂ ਇੱਕ ਦਿਨ ਫੇ ਐਦਾਂ ਹੀ ਬਹੁਤ ਪਰੇਸ਼ਾਨ ਸੀਗੀ ਤੇ ਜਿੱਦਾਂ ਬਹੁਤ ਜ਼ਿਆਦਾ ਪਰੇਸ਼ਾਨ ਸੀਗੀ ਕਈ ਵਾਰੀ ਆਪਾਂ ਹੋ ਜਾਂਦੇ ਪਰੇਸ਼ਾਨ ਪਰ ਆਪਾਂ ਨੂੰ ਇਹ ਪਰੇਸ਼ਾਨੀ ਪਰਮੇਸ਼ਰ ਦੇ ਹੱਥਾਂ ਵਿੱਚ ਦੇਣੀ ਚਾਹੀਦੀ ਆ ਕਿਉਂਕਿ ਪ੍ਰਭੂ ਕੀ ਕਹਿੰਦਾ ਆ ਤੂੰ ਆਪਣੇ ਸਿਰ ਦਾ ਬਾਲ ਕਾਲੇ ਤੋਂ ਚਿੱਟਾ ਨਹੀਂ ਕਰ ਸਕਦਾ ਤੇ ਚਿੱਟੇ ਤੋਂ ਕਾਲਾ ਨਹੀਂ ਕਰ ਸਕਦਾ ਜੇ ਤੂੰ ਛੋਟਾ ਜਿਹਾ ਕੰਮ ਨਹੀਂ ਕਰ ਸਕਦਾ ਤੇ ਬਾਕੀ ਕੰਮ ਤੂੰ ਕੀ ਕਰ ਸਕਦਾ ਆ ਤੇ ਸੋ ਇਸ ਕਰਕੇ ਅਸੀਂ ਆਪਣੀ ਚਿੰਤਾ ਜਿਹੜੀ ਆ ਉਹਨੂੰ ਹੀ ਸਾਰੀ ਦੇਣੀ ਆ ਤੇ ਉਹੀ ਸਾਡੀ ਚਿੰਤਾ ਚੱਕਣ ਵਾਲਾ ਪਰਮੇਸ਼ਰ ਆ ਸਾਡੇ ਸਾਰੇ ਬੋਝ ਉਹੀ ਚੱਕਣ ਵਾਲਾ ਕਿਉਂਕਿ ਉਹ ਕੀ ਕਹਿੰਦਾ ਆ ਤੂੰ ਪਹਾੜ ਨੂੰ ਕਹਿ ਉੱਖੜ ਕੇ ਸਮੁੰਦਰ 'ਚ ਜਾ ਪਿਓ ਵੀ ਤੇਰਾ ਕਹਿਆ ਮੰਨੂ ਪਰ ਕਈ ਵਾਰੀ ਅਸੀਂ ਇਨਸਾਨ ਹੋਣ ਦੇ ਨਾਤੇ ਤੇ ਕਈ ਵਾਰੀ ਅਸੀਂ ਚਾਹੁੰਦੇ ਹੁੰਦੇ ਕਿ ਸ਼ਾਇਦ ਸਾਡੇ ਰੋ ਕੇ ਜਾਂ ਸਾਡੀ ਗੱਲਬਾਤ ਕਰਕੇ ਸਾਡੀ ਪ੍ਰੋਬਲਮ ਸੋਲਵ ਹੋ ਜਾਊਗੀ ਪਰ ਨਹੀਂ ਹੁੰਦੀ ਨਹੀਂ ਕਈ ਵਾਰੀ ਸ਼ੈਤਾਨ ਨਹੀਂ ਉਹਨੂੰ ਪਤਾ ਹੁੰਦਾ ਕਿ ਸਾਡੀ ਕਈ ਵਾਰੀ ਨਿੱਕੀ ਤੋਂ ਨਿੱਕੀ ਕਮਜ਼ੋਰੀ ਨੂੰ ਉਹ ਵੀਕ ਕਰ ਦਿੰਦਾ ਫੜ ਲੈਂਦਾ ਸੋ ਇਸ ਕਰਕੇ ਮੇਰੇ ਮੈਂ ਫੇਸਬੁੱਕ ਤੇ ਗਈ ਸੀਗੀ ਤੇ ਜਿੱਦਾਂ ਕਿ ਕਾਫੀ ਇੱਥੇ ਰਾਤ ਸੀਗੀ ਮੈਂ ਪਹਿਲਾਂ ਪ੍ਰੇਅਰ ਕਰਦੀ ਸੀ ਪ੍ਰੇਅਰ ਕਰਨ ਤੋਂ ਬਾਅਦ ਫਿਰ ਪਰਮੇਸ਼ਰ ਨੇ ਜਿੱਦਾਂ ਮੈਨੂੰ ਫੇਸਬੁੱਕ ਦੇ ਉੱਤੇ ਜਦੋਂ ਮੈਨੂੰ ਮੌਕਾ ਦੇਖਣ ਨੂੰ ਮਿਲਿਆ ਤੇ ਸੋ ਮੈਂ ਪਾਸਟਰ ਜਤਿੰਦਰ ਹੁਣਾਂ ਦੀ ਜਿੱਦਾਂ ਚਰਚ ਦੇ ਵਿੱਚ ਇੱਕ ਭੈਣ ਸੀਗੀ ਤੇ ਉਹਦੀ ਮੈਂ ਗਵਾਹੀ ਸੁਣੀ ਸੀਗੀ ਤੇ ਉਹ ਦੱਸ ਰਹੀ ਸੀਗੀ ਕਿ ਮੈਂ ਇੱਦਾਂ ਇੱਦਾਂ ਬਹੁਤ ਤਕਲੀਫ ਵਿੱਚ ਸੀ ਕਹਿੰਦੀ ਮੈਂ 6 ਬੰਦਿਆਂ ਦਾ ਕਹਿੰਦੀ ਮੈਂ ਖਾਣਾ ਖਾ ਜਾਂਦੀ ਸੀ ਕਿ ਉਹਦੇ ਵਿੱਚ ਇੰਨੀਆਂ ਈਵਲ ਸਪਿਰਿਟਾਂ ਸੀਗੀਆਂ ਤੇ ਉਹ ਕਹਿੰਦੀ ਮੈਂ ਜਦੋਂ ਮੈਂ ਰੱਬ ਦੇ ਦਾਸ ਪਾਸਟਰ ਜਤਿੰਦਰ ਹੁਣਾਂ ਨੂੰ ਕਹਿੰਦੀ ਮੈਂ ਫੋਨ ਕੀਤਾ ਤੇ ਕਹਿੰਦੀ ਪਾਸਟਰ ਜੀ ਕਹਿੰਦੇ ਕਿ ਸਿਸਟਰ ਜੀ ਅਸੀਂ ਆਉਂਦੇ ਹਾਂ ਜਦੋਂ ਕਹਿੰਦੀ ਉਹਨਾਂ ਨੇ ਦੁਆ ਕੀਤੀ ਆਣ ਕੇ ਤੇ ਕਹਿੰਦੀ ਫਿਰ ਉਹ ਕਹਿੰਦੇ ਫਿਰ 3 ਦਿਨ ਦਾ ਸਿਸਟਰ ਆਪਾਂ ਫਾਸਟਿੰਗ ਕਰਾਂਗੇ ਤੇ ਜਦੋਂ ਫਾਸਟਿੰਗ ਕੀਤਾ ਕਹਿੰਦੀ ਪਈ ਪ੍ਰਭੂ ਨੇ ਮੈਨੂੰ ਉਦੋਂ ਹੀਲ ਕਰਤਾ ਮੇਰੇ ਮੇਰੇ ਜੀਵਨ 'ਚ ਕਹਿੰਦੀ ਕੰਮ ਕੀਤੇ ਸੋ ਇਹ ਚੀਜ਼ ਸੁਣ ਕੇ ਗਵਾਹੀ ਸੁਣ ਕੇ ਮੇਰੇ ਵੀ ਅੰਦਰ ਇੰਨਾ ਉਤਸ਼ਾਹ ਆਇਆ ਕਿ ਪ੍ਰਭੂ ਮੈਂ ਤੇਰਾ ਧੰਨਵਾਦ ਕਰਦੀ ਹਾਂ ਕਿ ਤੂੰ ਮੇਰੇ ਜੀਵਨ ਦੇ ਵਿੱਚ ਵੀ ਬਹੁਤ ਕੰਮ ਕੀਤੇ ਆ ਪਈ ਗਾਹਾਂ ਜਿਹੜੇ ਕੰਮ ਆ ਜਿਹੜੇ ਸ਼ੈਤਾਨ ਰਸਤੇ ਦੇ ਵਿੱਚ ਰੁਕਾਵਟਾਂ ਬਣ ਕੇ ਖੜਾ ਤੇ ਇਹਨਾਂ ਨੂੰ ਵੀ ਤੂੰ ਦੂਰ ਕਰੇਗਾ ਤੇ ਮੇਰਾ ਮੈਂ ਫਟਾਫਟ ਨੰਬਰ ਜਿੱਦਾਂ ਨੋਟ ਕੀਤਾ ਤੇ ਮੈਂ ਨੰਬਰ ਲੈ ਕੇ ਤੇ ਮੈਂ ਸਵੇਰ ਨੂੰ ਮੈਂ ਜਦੋਂ ਫੋਨ ਕੀਤਾ ਤਾਂ ਸਿਸਟਰ ਰੋਜੀ ਨੇ ਉਹਨਾਂ ਨੇ ਗੱਲ ਕੀਤੀ ਤੇ ਉਹਨਾਂ ਨੇ ਫਿਰ ਦੁਆ ਕੀਤੀ ਤੇ ਸੋ ਜਦੋਂ ਦੁਆ ਕੀਤੀ ਤੇ ਉਦੋਂ ਹੀ ਪਰਮੇਸ਼ਰ ਨੇ ਮੇਰੇ ਅੰਦਰ ਇੰਨੀ ਸ਼ਾਂਤੀ ਪਾ ਦਿੱਤੀ ਇੰਨਾ ਇੰਨੇ ਜਿੱਦਾਂ ਮੈਨੂੰ ਮੇਰਾ ਚਿੜਚਿੜਾ ਜਿਹਾ ਸੁਭਾਅ ਹੋ ਗਿਆ ਸੀ ਮੈਨੂੰ ਗੁੱਸਾ ਆਉਂਦਾ ਰਹਿੰਦਾ ਹੁੰਦਾ ਸੀ ਕਦੀ ਕਿੱਦਾਂ ਤੇ ਉਸੇ ਵੇਲੇ ਪਰਮੇਸ਼ਰ ਨੇ ਹਨਾ ਜਿੱਦਾਂ ਮੇਰੇ ਮਨ ਦੇ ਵਿੱਚ ਉਹ ਖੁਸ਼ੀ ਭਰੀ ਜਿੱਦਾਂ ਮੈਨੂੰ ਮੇਰੀ ਬੇਟੀ ਤੋਂ ਗੁੱਸਾ ਆ ਜਾਂਦਾ ਹੁੰਦਾ ਸੀ ਕਈ ਵਾਰੀ ਨਿਆਣਿਆਂ ਤੋਂ ਗੁੱਸਾ ਆ ਜਾਣਾ ਤੇ ਜਿੱਦਾਂ ਨਿੱਕੀ ਨਿੱਕੀ ਗੱਲ ਤੋਂ ਮੈਂ ਉਹਦੇ ਮੈਂ ਹੋ ਜਾਂਦੀ ਹੁੰਦੀ ਸੀ ਫੈਡ ਅਪ ਪਰ ਜਦੋਂ ਮੇਰੀ ਬੇਟੀ ਜਦੋਂ ਉੱਠੀ ਤੇ ਇੰਨਾ ਮੈਨੂੰ ਉਹਦੇ ਵੱਲ ਦੇਖ ਕੇ ਇੰਨਾ ਮੈਨੂੰ ਖੁਸ਼ੀ ਹੋਈ ਜੋਤੀ ਮੇਰੀ ਬੇਟੀ ਦਾ ਨਾਮ ਆ ਤੇ ਵੱਡੀ ਦਾ ਨਾਮ ਮਨਵੀਰ ਆ ਤੇ ਬੇਟੇ ਦਾ ਨਾਮ ਐਰਨਦੀਪ ਆ ਪਰ ਐਰਨਦੀਪ ਤੇ ਤਾਂ ਮਨਵੀਰ ਤੇ ਗੁੱਸਾ ਨਹੀਂ ਸੀ ਆਉਂਦਾ ਹੁੰਦਾ ਤੇ ਮੈਨੂੰ ਜੋਤੀ ਤੇ ਬਹੁਤ ਗੁੱਸਾ ਆਉਂਦਾ ਹੁੰਦਾ ਸੀ ਵੀ ਕਈ ਵਾਰੀ ਨਿੱਕੀ ਨਿੱਕੀ ਗਲਤੀ ਜਦੋਂ ਬੱਚੇ ਕਰ ਜਾਂਦੇ ਆ ਤੇ ਉਸ ਦਿਨ ਤੋਂ ਲੈ ਕੇ ਅੱਜ ਦਾ ਦਿਨ ਤਕਰੀਬਨ ਵੀਕ ਤੋਂ ਉੱਤੇ ਹੋ ਗਿਆ ਇੰਨਾ ਮੈਨੂੰ ਜੋਤੀ ਦੇ ਨਾਲ ਲਵ ਹੋ ਗਿਆ ਇੰਨਾ ਮੈਨੂੰ ਪਿਆਰ ਹੋ ਗਿਆ ਕਿ ਪਰਮੇਸ਼ਰ ਮੈਂ ਤੇਰਾ ਧੰਨਵਾਦ ਕਰਦੀ ਕਿ ਇਸ ਮੂਵਮੈਂਟ ਨੂੰ ਇਸ ਟਾਈਮ ਦੀ ਮੈਂ ਵੇਟ ਕਰਦੀ ਸੀ ਕਿ ਪ੍ਰਭੂ ਤੂੰ ਕਦੋਂ ਮੇਰੇ ਪਰਿਵਾਰ ਦੇ ਵਿੱਚ ਖੁਸ਼ਹਾਲੀ ਦੇਵੇਂਗਾ ਸ਼ਾਂਤੀ ਦੇਵੇਂਗਾ ਸਾਨੂੰ ਬੇਸ਼ੱਕ ਦੀ ਮੈਂ ਪਰਮੇਸ਼ਰ ਤੇਰੀ ਦਾਸੀ ਹਾਂ ਤੇਰੀ ਬੇਟੀ ਹਾਂ ਪਰ ਫਿਰ ਵੀ ਤੇਰੀ ਦਾਸੀ ਦੇ ਜੀਵਨ ਦੇ ਵਿੱਚ ਇਹੋ ਜਿਹਾ ਕੰਮ ਹੋਣਾ ਚਾਹੀਦਾ ਆ ਕਿ ਪਰਮੇਸ਼ਰ ਪਿਤਾ ਕਿ ਅਸੀਂ ਦੂਜਿਆਂ ਲਈ ਦੁਆਵਾਂ ਕਰਨ ਵਾਲੇ ਹੋਣਾ ਆ ਕਿ ਨਾ ਕਿ ਅਸੀਂ ਦੂਜਿਆਂ ਦੇ ਉੱਤੇ ਦੋਸ਼ ਲਾਉਣ ਵਾਲੇ ਹੋਣਾ ਕਿਉਂਕਿ ਪ੍ਰਭੂ ਕੀ ਕਹਿੰਦਾ ਜੇ ਤੂੰ ਦੂਜਿਆਂ 'ਤੇ ਦੋਸ਼ ਲਾਵੇਂਗਾ ਤੇਰੇ ਉੱਤੇ ਵੀ ਦੋਸ਼ ਲਗਾਏ ਜਾਣਗੇ ਔਰ ਪਰਮੇਸ਼ਰ ਦੇ ਬਚਨ ਨੇ ਮੈਨੂੰ ਚੰਗਾ ਕੀਤਾ ਅਤੇ ਸਿਸਟਰ ਪਾਸਟਰ ਰੋਜੀ ਹੁਣਾਂ ਨੇ ਦੁਆ ਕੀਤੀ ਅਤੇ ਪਰਮੇਸ਼ਰ ਨੇ ਮੈਨੂੰ ਚੰਗਾਈ ਦਿੱਤੀ ਮੈਨੂੰ ਮੇਰੇ ਅੰਦਰ ਉਹ ਖੁਸ਼ਹਾਲੀ ਦਿੱਤੀ ਉਹ ਜੀਵਨ ਦੇ ਵਿੱਚ ਖੁਸ਼ੀ ਦਿੱਤੀ ਅਤੇ ਮੈਂ ਚਾਹੁੰਦੀ ਹਾਂ ਕਿ ਜਿੱਥੇ ਜਿੱਥੇ ਵੀ ਮੇਰੀ ਆਵਾਜ਼ ਜਾਵੇ ਮੇਰੀ ਗਵਾਹੀ ਜਾਵੇ ਪਰਮੇਸ਼ਰ ਉਹਨਾਂ ਭੈਣਾਂ ਭਰਾਵਾਂ ਦੇ ਜੀਵਨ ਦੇ ਵਿੱਚ ਵੀ ਉੱਧਰ ਜਿੱਦਾਂ ਮੇਰੇ ਜੀਵਨ ਦੇ ਵਿੱਚ ਇਹਨਾਂ ਦੀ ਦੁਆ ਦੇ ਦੁਆਰਾ ਕੰਮ ਹੋਏ ਤੁਹਾਡੇ ਜੀਵਨ ਦੇ ਵਿੱਚ ਵੀ ਕੰਮ ਹੋਣ ਪਰਮੇਸ਼ਰ ਤੁਹਾਡੇ ਅੰਦਰ ਵੀ ਉਹ ਸ਼ਾਂਤੀ ਲੈ ਕੇ ਆਵੇ ਉਹ ਖੁਸ਼ੀ ਦੇਵੇ ਪਰਮੇਸ਼ਰ ਇਹੀ ਮੇਰੀ ਗਵਾਹੀ ਆ ਯਸੂ ਮਸੀਹ ਦੇ ਨਾਮ ਦੇ ਵਿੱਚ ਜੋ ਮੰਗਿਆ ਸੋ ਪਾ ਲਿਆ ਏਮੈਨ ਹਾਲੇਲੂਇਆ ਥੈਂਕ ਯੂ ਜੀਸਸ ਏਮੈਨ